ਤੁਹਾਨੂੰ ਦਿਖਾਉਣੇ ਜੀ ਅੱਜ ਕੱਲ੍ਹ ਜਿਹੜਾ ਲਾਲ ਸੀ ਨੂੰ ਇੰਜਨ ਆ ਰਿਹਾ ਉਹ 'ਚ ਕੀ ਪ੍ਰੋਬਲਮ ਆਉਂਦੀ ਆ, ਉਹ ਇੰਜਨ ਗਰਮ ਕਿਉਂ ਹੁੰਦਾ ਕਣਕ ਦੇ ਸੀਜ਼ਨ ਦੇ ਵਿੱਚ? ਉਹਦਾ ਕਾਰਨ ਇਹ ਆ, ਜਿਹੜਾ ਇੰਟਰਕੂਲਰ ਲੱਗਿਆ ਹੁੰਦਾ ਇਹਦੇ ਵਿੱਚ, ਉਹਦੀ ਆਹ ਰੇਡੀਏਟਰ ਦੇ ਮੂਹਰੇ ਆਹ ਜਾਲੀ ਲੱਗੀ ਹੁੰਦੀ ਆ ਗਰਿੱਲ, ਅਤੇ ਇਹਦੇ ਵਿੱਚੋਂ ਜਿਹੜੀਆਂ ਬਣੀਆਂ ਹੋਈਆਂ ਨੇ ਬਰੀਕ ਬਰੀਕ ਸੁਰਾਖ ਨੇ, ਇਹਨੂੰ ਸਾਰੇ ਨੂੰ ਬਾਹਰ ਕੱਢ ਦਿਉ ਇਹਨੂੰ, ਜਿਵੇਂ ਸਾਡਾ ਫੋਰਮੈਨ ਕੱਢ ਰਿਹਾ ਅੱਜ। ਹੋਰ ਉਹਨੂੰ ਫਾਇਦਾ ਹੋਊਗਾ ਇਹਦਾ ਆਪਾਂ ਨੂੰ? ਬਹੁਤ ਜ਼ਿਆਦਾ ਜੀ, ਬਹੁਤ ਫਾਇਦਾ ਹੋਊਗਾ। ਅਸੀਂ ਪਹਿਲਾਂ ਇੱਕ ਵਿਸ਼ਾਲ 408 ਵਾਲੇ ਨੇ ਉਹਨਾਂ ਦੇ ਲੱਗਿਆ ਹੋਇਆ ਦੇਖਿਆ ਸੀ, ਉਹ ਸਾਰਿਆਂ ਦਾ ਉਹਦੀ ਕੱਢ ਦਿੰਦੇ ਨੇ ਜਦੋਂ ਫਿਟਿੰਗ ਦੇ ਟਾਈਮ, ਅਤੇ ਅਸੀਂ ਵੀ ਅੱਜ ਕੱਢਣ ਲੱਗਿਆ। ਦੇਖੋ ਨੇੜੇ ਕਰਕੇ ਦਿਖਾਉਣੇ ਤੁਹਾਨੂੰ, ਆ ਦੇਖੋ ਆਹ ਸਾਰੀ ਕੱਢਤੀ ਦੇ ਵਿੱਚੋਂ, ਆਹ ਜਿਹੜਾ ਕੱਪ ਆ ਇਹ ਸਿਲਵਟ ਆ, ਇਹਦਾ ਅਲਮੂਨੀਅਮ ਦੇ ਲੱਗੀ ਬਣੀਆਂ ਹੋਈਆਂ ਨੇ ਇਹ, ਇਹ ਸਾਰਾ ਕੱਢ ਕੇ ਇਹਦੇ ਵਿੱਚ ਡਸਟ ਨਹੀਂ ਫਸੂਗੀ, ਹਵਾ ਸਿੱਧੀ ਸਪੀਡ ਨਾਲ ਕ੍ਰੋਸ ਹੋਊਗੀ। ਇਹ ਸਿਰਫ ਟਰੱਕਾਂ ਜਿਹੜੇ ਵੱਡੇ ਵੱਡੇ ਟਰੱਕ ਨੇ, ਟਰਾਲੇ ਨੇ, ਉਹਨਾਂ ਵਾਸਤੇ ਆ ਇਹਦਾ ਬਹੁਤ ਫਾਇਦਾ ਹੋਣ ਦੀ ਉਮੀਦ ਆਪਾਂ ਨੂੰ। ਰੇਡੀਏਟਰ ਥੱਲੇ ਤਾਰ ਕੇ ਸਾਫ਼ ਕਰਿਆ ਆਪਾਂ ਨੇ ਅੱਜ, ਦੇਖੋ ਕਿੰਨੀ ਡਸਟ ਪਣੀ ਪਈ। ਇਹਨੂੰ ਪਾਣੀ ਦੇ ਵਿੱਚ ਡੇਗ ਕੇ ਨਾ 2 ਦਿਨ ਲਗਭਗ 24 ਘੰਟੇ, ਫਿਰ ਸਾਰਾ ਗਲ ਜੂ ਇਹਦੇ ਵਿੱਚੋਂ, ਫਿਰ ਆਪਾਂ ਇਹਨੂੰ ਉੱਪਰ ਲਾਵਾਂਗੇ। ਆਹ ਦੇਖੋ ਇਹ ਵੱਡੇ ਵੈਲ ਹਾਊਜਿੰਗ ਵਾਲਾ, ਵੱਡੇ ਫਰਾਈ ਵੀਲ ਵਾਲਾ, ਮਤਲਬ ਉਹ ਹੈ ਆਪਣਾ ਇੰਜਨ ਲਾਲ ਹੀਨੋ 21 ਮਾਡਲ BS3।